ਲੇਖਕ ਆਸ਼ਕਦੀ ਅਗਲੀ ਪਾਕਿਸਤਾਨੀ ਕਹਾਣੀ ਹੈ ਇਲਮੂ ਬਸ ਕਰਿਓ ਯਾਰ ਉਹਦਾ ਨਾਮ ਮਾਈਕਲ ਸੀ ਤੇ ਉਹਦੀ ਉਮਰ 25 ਵਰਿਆਂ ਦੀ ਸੀ ਜਦੋਂ ਉਹਨੇ ਕੰਪਿਊਟਰ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਚੰਗੇ ਚੋਖੇ ਨੰਬਰਾਂ ਨਾਲ ਲਈ ਫਿਰ ਅੱਜ ਜਦੋਂ ਘਟੋ ਘਟ 80 ਵਰਿਆਂ ਦਾ ਹੋ ਗਿਆ ਸੀ ਉਹਨੂੰ ਕੋਈ ਇੱਕ ਦਿਨ ਵੀ ਅਜੇ ਆ ਯਾਦ ਨਹੀਂ ਜਿਹੜਾ ਕੰਪਿਊਟਰ ਤੋਂ ਬਿਨਾਂ گزارਿਆ ਹੋਵੇ ਉਨੇ ਬੜੇ ਚੁੱਪ-ਚੁਪੀ ਤਿਆਂ ਕੰਪਿਊਟਰ ਕੰਪਿਊਟਰ ਵਿੱਚ ਘਾਟੇਵਾਦੀ ਕਰਕੇ ਇੱਕ ਜਿਹੇ ਮਾਸਟਰ ਕੰਪਿਊਟਰ ਤਿਆਰ ਕਰਨ ਚ ਕਾਮਯਾਬੀ ਹਾਸਲ ਕਰ ਲਈ ਜਿਹੜਾ ਅੰਗਣ ਤਜਾ ਇਹ ਕੰਮ ਕਰਦਾ ਸੀ ਜਿਹੜੇ ਦੁਨੀਆ ਦੇ ਹੋਰ ਕਿਸੇ ਵੀ ਕੰਪਿਊਟਰ ਦੇ ਵੱਸੋਂ ਬਾਰ ਸਨ ਉਹਦਾ ਕੰਪਿਊਟਰ ਸਾਰੀ ਦੁਨੀਆ ਵਿੱਚ ਪਿਛਲੀਆਂ 20 ਸਦੀਆਂ ਦੌਰਾਨ ਵਾਪਰੇ ਚੰਗੇ ਮੰਦੇ ਹਾਲਾਂ ਦਾ ਤੇ ਪੂਰੀ-ਪੂਰੀ ਤਵਾਰੀਖ ਤਾਈ ਜਾਣੂ ਨਹੀਂ ਸੀ ਸਗੋਂ ਉਹਨਾਂ ਨੂੰ ਮੁੱਖ ਰੱਖ ਕੇ ਆਉਣ ਵਾਲੇ ਦੌਰ ਬਾਰੇ ਪੇਸ਼ ਕੀਤੇ ਕਿਸੇ ਹੱਦ ਤੀਕ ਠੀਕ ਠੀਕ ਟੇਵੇ ਲਾ ਸਕਦਾ ਸੀ ਉਹ ਆਪਣੇ ਦੌਰ ਦੀਆਂ ਮਤਲਬ ਇਹ ਵੀ 2020 ਤੱਕ ਦੀਆਂ ਅਗਾਊਂ ਸੋਚਾਂ ਦਾ ਰਿਕਾਰਡ ਵੀ ਪੇਸ਼ ਕਰ ਸਕਦਾ ਸੀ ਇਹਨਾਂ ਸੋਚਾਂ ਦੇ ਜੋ ਵੀ ਸਿੱਟੇ ਨਿਕਲ ਸਕਦੇ ਸਨ ਇਹਨਾਂ ਬਾਰੇ ਵੀ ਕਾਫੀ ਕੁਝ ਦੱਸ ਸਕਦਾ ਸੀ ਤੇ ਇਹੀ ਉਹ ਮਕਸਦ ਸੀ ਜਿਹਨੂੰ ਮੁੱਖ ਰੱਖ ਕੇ ਸਾਡੀ ਅੱਜ ਦੀ ਕਹਾਣੀ ਦੇ ਬਾਬੇ ਨੇ ਆਪਣੀ ਜਿੰਦੜੀ ਦੀ 50 ਤੋਂ ਉੱਤੇ ਸਾਲ ਇੰਜ ਦਾ ਕੰਪਿਊਟਰ ਉਸਾਰਨ ਚ ਬਤਾ ਦਿੱਤੇ ਸਨ ਅਮਰੀਕਾ ਵਰਗੇ ਮਹਾਨ ਦੇਸ਼ 'ਚ ਕਿਸੇ ਬੰਦੇ ਦਾ ਅਣਗਿਣਤ ਨਿਯਮਤਾ ਅਣਗਿਣਤ ਨਿਯਮਤਾ, ਆਸਾਨੀਆਂ ਤੇ ਆਪਣੀਆਂ ਸਭੇ ਸਦਰਾ ਸੰਤਾਜ ਕੇ ਇੱਕ ਨੁਕਰੇ ਲਾ ਕੇ ਕੰਪਿਊਟਰ ਨਾਲ ਪੂਰੀ ਜ਼ਿੰਦਗੀ گزار ਦੇਣੀ ਇੱਕ ਅਨੋਖੀ ਤੇ ਵੱਲੀ ਗੱਲ ਜ਼ਰੂਰ ਸੀ ਪਰ ਉਹਦੇ ਸਾਹਮਣੇ ਇੱਕ ਵੱਡਾ ਮਕਸਦ ਸੀ ਹੰਝ ਤੇ 9 11 ਸਭਨਾ ਅਮਰੀਕੀਆਂ ਲਈ ਇੱਕ ਡਰਾਉਣਾ ਖਾਬ ਏ ਪਰ ਮਾਈਕਲ ਲਈ ਡਰਾਉਣਾ ਖਾਬ ਹੀ ਨਹੀਂ ਸੀ ਸਗੋਂ ਉਹਦੀਆਂ ਖੁਸ਼ੀਆਂ ਦਾ ਕਾਤਲ ਵੀ ਸੀ ਉਹ ਦਾ ਡੈਡ ਜੁੜਵਾ ਮਿਨਾਰਿਆਂ ਨਾਲ ਵੱਜਣ ਵਾਲੇ ਜਹਾਜ਼ਾਂ ਵਿੱਚੋਂ ਇੱਕ ਸਵਾਰ ਸੀ ਮਾਈਕਲ ਆਪਣੇ ਡੈਡ ਨੂੰ ਦੁਨੀਆ ਦੇ ਸਭ ਨਾਲ ਬੰਦਿਆਂ ਨਾਲੋਂ ਸੋਹਣਾ, ਸਿਆਣਾ ਤੇ ਬਹਾਦਰ ਸਮਝਦਾ ਸੀ ਡੈਡ ਬੜਾ ਵੱਡਾ ਆਲਮ ਸੀ ਦੁਨੀਆ ਦੇ ਇਲਮ ਦੀਆਂ ਕਈ ਸ਼ਾਖਾਂ ਦਾ ਸਕਾਲਰ ਤੇ ਇਲਮ ਨੇ ਉਹਦੇ ਡੈਡ ਨੂੰ ਇਨਸਾਨੀਅਤ ਦੀ ਉਸ ਉਚ ਬੁਲੰਦੀ ਤੱਕ ਰਪੜਾ ਦਿੱਤਾ ਸੀ ਜਿੱਤ ਉਹ ਅੱਗੇ ਜਾਣਾ ਕਿਸੇ ਬੰਦੇ ਦੇ ਵੀ ਵਾਸਤੇ ਗੱਲ ਨਹੀਂ ਹੁੰਦੀ ਇਹ ਮੁਕਾਮ ਹੈ ਨਫੀ ਅਸਬਾਬ ਦਾ ਡੈਡ ਦੀ ਨਜ਼ਰ ਚ ਰੰਗ ਨਸਲ ਮਜ਼ਬ ਮੀਰੀ ਗਰੀਬੀ ਵਤਨ ਦੇ ਇਸਕੌਮੀਅਤ ਜਾਤ ਵਰਗੀਆਂ ਸਭੇ ਸਿਫਤਾਂ ਨਫੀ ਹੋ ਚੁਕੀਆਂ ਸਨ ਇਹ ਤੋਂ ਵੀ ਅੱਗੇ ਜਾ ਕੇ ਉਹ ਸਭ ਨਾਂ ਜਾਨਦਾਰਾਂ ਨੂੰ ਵੀ ਪਿਆਰ ਇੱਜ਼ਤ ਤੇ ਹਿਫਾਜ਼ਤ ਦਾ ਹੱਕਦਾਰ ਸਮਝਦਾ ਸੀ ਤੇ ਫਿਰ ਸਾਰੇ ਰੁੱਖ ਤੇ ਬੂਟੇ ਵੀ ਡੈਡ ਦੀ ਨਜ਼ਰ ਚ ਜਾਨਦਾਰੀ ਸਨ ਉਹ ਨਾਂ ਸਭ ਨਾਂ ਦੇ ਹੱਕਾਂ ਲਈ ਲੜਦਾ ਸੀ ਆਪਣੀ ਕਲਮ ਰਾਹੀਂ ਤੇ ਇਹ ਲੜਾਈ ਉਹ ਬੇਖੌਫ ਤੇ ਨਿਡਰ ਹੋ ਕੇ ਲੜਦਾ ਸੀ ਉਹ ਦਾ ਡੈਡ 6 ਫੁੱਟ ਉੱਚਾ ਦਰਸ਼ਨੀ ਜਵਾਨ ਸੀ। ਉਹਦੇ ਭੂਰੇ ਰੰਗ ਦੇ ਕੁੰਡਲਾ ਵਾਲਿਆਂ ਵਾਲਾਂ ਦੇ ਲੰਮੇ-ਲੰਮੇ ਪਟੇ ਉਹਦੇ ਮੋਢਿਆਂ 'ਤੇ ਕਰਾਉਂਦੇ ਸਨ ਤੇ ਭੂਰੀ ਦਾੜੀ ਵਾਹਾਂ ਲੰਮੀ ਛਾਤੀ ਤਿੱਕਰਦੀ ਹੋਈਗੀ। ਭੂਰੇ ਲਾਲ ਰੰਗ ਤੇ ਉਹਦੀਆਂ ਨੀਲੀਆਂ ਅੱਖੀਆਂ ਦਿਲ 'ਚ ਖੁੱਬ ਜਾਂਦੀਆਂ ਸਨ। ਉਹ ਹੌਲੀ-ਹੌਲੀ ਬੜਾਈ ਹੌਲੀ ਤੇ ਠਹਿਰ-ਠਹਿਰ ਕੇ ਗੱਲ ਕਰਦਾ ਸੀ। ਮਾਈਕਲ ਨੇ ਕਦੀ ਵੀ ਉਹਨੂੰ ਉੱਚਾ ਬੋਲਦਿਆਂ ਨਹੀਂ ਸੀ ਸੁਣਿਆ। ਇਲਮ ਨੇ ਡੈਡ ਦੇ ਚਿਹਰੇ ਦਿਵਾਲੇ ਜਿਵੇਂ ਹਾਲਾ ਜੈ ਬਣਾ ਦਿੱਤਾ ਹੋਇਆ ਸੀ। ਤੇ ਮਾਈਕਲ ਉਹਦੇ ਵਾਂਗ ਇੰਜ ਵੇਖਦਾ ਹੁੰਦਾ ਸੀ ਜਿਵੇਂ ਬੰਦਾ ਖੁਦਾ ਨੂੰ ਵੇਖਦਾ ਹੋਵੇ ਪਰ ਫਿਰ 9 11 ਨੂੰ ਉਹਦਾ ਪਿਆਰਾ ਪਿਓ ਉਹਦੇ ਕੋਲੋਂ ਹਮੇਸ਼ਾ ਹਮੇਸ਼ਾ ਲਈ ਵਿਛੜ ਗਿਆ ਤੇ ਉਹਦੇ ਕੋਲੋਂ ਇੱਕ ਕਣੀ ਛਾਂ ਵਾਲਾ ਬੂਟਾ ਖੁੱਸ ਗਿਆ ਜਦੋਂ ਜੁੜਵਾ ਮਨਾਰੇ ਤਬਾਹ ਹੋਏ ਤੇ ਸਮਝੋ ਜਿਵੇਂ ਮਾਈਕਲ ਦੀਆਂ ਖੁਸ਼ੀਆਂ ਵੀ ਹਮੇਸ਼ਾ ਹਮੇਸ਼ਾ ਲਈ ਤਬਾਹ ਹੋ ਗਈਆਂ ਹੁਣ ਉਹਦੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਸੀ ਇਹ ਮਨਹੂਸ ਤਬਾਈ ਕਿਉਂ ਹੋਈ ਇਹਦਾ ਕਾਰਨ ਕੀ ਸੀ ਕਿਹੜੀ ਲੋਕਾਂ ਨੇ ਇਸ ਚਾਰਜ ਚਾਨ ਚੜਾਇਆ ਇਹਦੇ ਬਾਰੇ ਅਜੇ ਵੀ ਦਾਅਵੇ ਨਾਲ ਕੋਈ ਮੁੱਕਦੀ ਗੱਲ ਨਹੀਂ ਸੀ ਹੋਈ ਫਿਰ ਮਾਈਕਲ ਨੇ ਇੱਥੇ ਹੀ ਬਸ ਨੇ ਕੀਤੀ ਉਹਨੂੰ ਚੰਗੀ ਤਰ੍ਹਾਂ ਚਾਨਣ ਹੋ ਚੁੱਕਿਆ ਸੀ ਪਈ ਕਾਨਾਤ ਆਪ ਵੀ ਇੱਕ ਬੜਾ ਵੱਡਾ ਕੰਪਿਊਟਰ ਹੈ ਤੇ ਇਸ ਕੰਪਿਊਟਰ ਵਿੱਚ ਅਜ਼ਲ ਤੋਂ ਅੱਜ ਤੀਕਰ ਦਾ ਪੂਰਾ ਰਿਕਾਰਡ ਸੰਭਿਆ ਹੋਇਆ ਤੇ ਜੇ ਕਿਸੇ ਤਰ੍ਹਾਂ ਕੋਈ ਬੰਦਾ ਇਸ ਰਿਕਾਰਡ ਨੂੰ ਰਿਵਰਸ ਚਲਾਨ ਚੋਗਾ ਹੋ ਜਾਏ ਤੇ ਫਿਰ ਉਹ ਬੀਤੇ ਵੇਲਿਆਂ ਬਾਰੇ ਜੋ ਚਾਹੇ ਦੁਬਾਰਾ ਵੇਖ ਸਕਦਾ ਹੈ ਇਹਦਾ ਕਰਕੇ ਉਹਦੀ ਕੋਸ਼ਿਸ਼ ਇਹ ਸੀ ਕਿ ਕਿਸੇ ਤਰ੍ਹਾਂ ਉਹਦੇ ਕੰਪਿਊਟਰ ਦਾ ਕਨੈਕਸ਼ਨ ਕਾਇਨਾਤ ਦੇ ਵੱਡੇ ਕੰਪਿਊਟਰ ਨਾਲ ਹੋ ਜਾਏ ਤੇ ਫਿਰ ਇਹ ਵੀ ਹੋ ਗਿਆ ਹੁਣ ਉਹਦਾ ਕੰਪਿਊਟਰ ਕਾਇਨਾਤੀ ਕੰਪਿਊਟਰ ਕੋਲੋਂ ਜਾਣਕਾਰੀ ਲੈ ਕੇ ਅੱਗੇ ਦੱਸਣ ਯੋਗਾ ਹੋ ਗਿਆ ਸੀ ਇੱਥੇ ਉਹਨੂੰ ਇੱਕ ਹੋਰ ਅਵੱਲੀ ਜਾਣਕਾਰੀ ਮਿਲੀ ਕਾਇਨਾਤੀ ਕੰਪਿਊਟਰ ਬੀਤੇ ਸਮਿਆਂ ਦਾ ਤਸਵੀਰੀ ਤੇ ਆਵਾਜ਼ਾਂ ਦਾ ਰਿਕਾਰਡ ਹੀ ਨਹੀਂ ਸੀ ਸੰਭੀ ਬੈਠਾ ਸਗੋਂ ਹਰ ਜ਼ਮਾਨੇ ਦੇ ਬੰਦਿਆਂ ਦੀਆਂ ਸਾਂਝੀਆਂ ਸੋਚਾਂ ਦਾ ਰਿਕਾਰਡ ਵੀ ਉਹਦੇ ਕੋਲੋਂ ਹਾਸਲ ਕੀਤਾ ਜਾ ਸਕਦਾ ਸੀ ਤੇ ਇੱਕ ਵੱਡਾ ਬੋਨਸ ਸੀ ਜਿਹਦੇ ਬਾਰੇ ਮਾਈਕਲ ਨੇ ਕਦੇ ਸੋਚਿਆ ਵੀ ਨਹੀਂ ਸੀ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸੱਚ ਨੂੰ ਕਦੀ ਵੀ ਤੇ ਕਿਸੇ ਵੀ ਜ਼ਮਾਨੇ ਵਿੱਚ ਜ਼ਾਹਰ ਨਹੀਂ ਕੀਤਾ ਜਾ ਸਕਿਆ ਅਸਲ 'ਚ ਸੱਚ ਬੰਦਿਆਂ ਨੂੰ ਵਾਰਾ ਹੀ ਨਹੀਂ ਖਾਂਦਾ ਇਹਦਾ ਕਰਕੇ ਬੰਦਿਆਂ ਦੀਆਂ ਸੋਚਾਂ ਜਿਹੜੀਆਂ ਨਿਹਰਾਪੂਰਾ ਸੱਚ ਹੁੰਦੀਆਂ ਨੇ ਕਦੀ ਵੀ ਆਪਣੀ ਅਸਲੀ ਹਾਲਤ ਵਿੱਚ ਅੱਖਰਾਂ ਦਾ ਰੂਪ ਨਹੀਂ ਧਾਰ ਸਕਦੀਆਂ ਬੰਦੇ ਇਹਨਾਂ ਵਿੱਚ ਸੱਚ ਦੇ ਗੁਨਾਹ ਜਾਂ ਜੁਰਮ ਤੋਂ ਬਚਣ ਲਈ ਹੰਸ ਵੰਨੇ ਰੜੀ ਕਰ ਕਰਦੇ ਰਹਿੰਦੇ ਨੇ ਇਸ ਕਰਕੇ ਕਿਤਾਬੀ ਇਲਮ ਤਵਾਰੀਖੀ ਤੇ ਦੂਜੇ ਇਨਸਾਨੀ ਇਲਮ ਕਦੇ ਵੀ ਬੇਲਾਗ ਸੱਚ ਉੱਤੇ ਆਧਾਰਿਤ ਨਹੀਂ ਹੁੰਦੇ ਤੇ ਨਾ ਹੀ ਹੋ ਸਕਦੇ ਨੇ ਪਰ ਹੁਣ ਜਦੋਂ ਦਾ ਹੱਥ ਇਨਸਾਨੀ ਸੋਚਾਂ ਦੇ ਜ਼ਖੀਰੇ ਤੇ ਕਰ ਪੜ ਗਿਆ ਸੀ ਉਹਨੂੰ ਉਮੀਦ ਪੈਦਾ ਹੋ ਗਈ ਸੀ ਕਿ ਉਸਲੀਅਤ ਤੇ ਸੱਚ ਜਿਹੜਾ ਕਦੀ ਨਿਖੇੜਵੇਂ ਤਰੀਕੇ ਨਾਲ ਜ਼ाहਰ ਨਹੀਂ ਹੋ ਸਕਿਆ ਹੁਣ ਹੋ ਜਾਏਗਾ ਇਹ ਦਾ ਕਰਕੇ ਮਾਈਕਲ ਬੜਾ ਖੁਸ਼ ਸੀ ਹੁਣ ਮੈਂ ਕੁਝ ਦਿਨ ਆਪਣੇ ਜ਼ੈਨ ਵਿੱਚੋਂ ਸਭ ਪੁੱਠੇ ਸੇ ਦੇ ਖਿਆਲ ਕੱਢ ਕੇ ਚੰਗੀ ਤਰ੍ਹਾਂ ਆਰਾਮ ਕਰਾਂਗਾ ਤੇ ਫਿਰ ਵੇਖਾਂਗਾ ਕਿ ਸੱਚ ਤੇ ਹਕੀਕਤ ਕੀ ਹੈ ਤਿੰਨ ਦਿਨ ਮਗਰੋਂ ਰਾਤ ਦੇ 2 ਵਜੇ ਉਹ ਆਪਣੀ ਕਾਲ ਕੋਠੜੀ 'ਚ ਕੰਪਿਊਟਰ ਕੋਲ ਜਾ ਬੈਠਾ ਉਹਦੇ ਜੁੱਸੇ 'ਚ ਜਿਵੇਂ ਤਰਥੱਲੀ ਜੀ ਪਈ ਸੀ ਉਹਦੇ ਹਾਲਤ ਉਸ ਬਾਲ ਵਾਂਗੂ ਸੀ ਜਿਹੜਾ ਕਿਸੇ ਨੇਰੀ ਕੁੜ ਵਿੱਚ ਜਿਹਦੇ ਬਾਰੇ ਉਹਨੂੰ ਕੁਝ ਨਹੀਂ ਪਤਾ ਉਦੇ ਅੰਦਰ ਕੀ ਕੋਝੇ ਵੜਨ ਲੱਗਾ ਹੋਵੇ ਉਹਨੇ ਸੋਚਿਆ ਪਹਿਲੇ ਆਪਣੇ ਕੰਪਿਊਟਰ ਕੋਲੋਂ ਸੱਚ ਬਾਰੇ ਪੂਰੀ ਜਾਣਕਾਰੀ ਮੰਗੇਗਾ ਤੇ ਉਹਨੇ ਇੰਜ ਹੀ ਕੀਤਾ ਕੰਪਿਊਟਰ ਦੀ ਸਕਰੀਨ ਉੱਤੇ ਸੱਚ ਬਾਰੇ ਵਿਚਾਰ ਆਵਣ ਲੱਗ ਪਏ ਇਨਸਾਨੀ ਹਿਆਤੀ 'ਚ ਸੱਚ ਦੀ ਕੋਈ ਬੁਨਿਆਦੀ ਹੈਸੀਅਤ ਨਹੀਂ ਹੈ ਤੇ ਨਾ ਹੀ ਉਹਦਾ ਕੋਈ ਫਾਇਦਾ ਹੁੰਦਾ ਹੈ ਸੱਚ ਇੱਕ ਬਿਆਨ ਹੈ ਜਿਸ 'ਚ ਕੋਈ ਖੂਬਸੂਰਤੀ ਦਿਲ ਫਰੇਬੀ ਤੇ ਨਵੇਕਲਤਾ ਨਹੀਂ ਹੁੰਦੀ ਤੇ ਨਾ ਹੀ ਹੋ ਸਕਦੀ ਹੈ ਇਹਤੇ ਕਿਸੇ ਵੀ ਵਾਪਰੇ ਹੋਏ ਮਾਮਲੇ ਦਾ ਸਿੱਧਾ ਸਾਦਾ ਬਿਆਨ ਹੁੰਦਾ ਹੈ ਫਿਰ ਬਹੁਤੇ ਸੱਚ ਨਿਰਾ ਆਪਣੇ ਆਪ ਨੂੰ ਵਡਿਆਉਣ ਵਾਸਤੇ ਹੀ ਬੋਲੇ ਜਾਂਦੇ ਨੇ ਸੱਚ ਨੂੰ ਜਾਣਕਾਰੀ ਜਾਂ ਇਲਮ ਵੀ ਆਖਿਆ ਜਾ ਸਕਦਾ ਪਰ ਸੱਚ ਨੇ ਤੇ ਕਦੀ ਕਿਸੇ ਸ਼ੈ ਦੀ ਅਸਲ ਹਕੀਕਤ ਤਿੱਕਰ ਅਪੜਨ ਦੀ ਕੋਸ਼ਿਸ਼ ਕਰਦਾ ਹੈ ਤੇ ਨਾ ਹੀ ਉਹ ਇੰਜ ਦੀ ਕੋਸ਼ਿਸ਼ ਕਰਨ ਯੋਗ ਹੁੰਦਾ ਹੈ ਬੰਦਿਆਂ ਦੀ ਹਿਆਤੀ 'ਚ ਸੱਚ ਇੱਕ ਬੇਰੰਗ ਬੇਬੂ ਤੇ ਬੇਫਾਇਦਾ ਚੀਜ਼ ਹੈ ਇਹ ਫਿਰ ਇਨਸਾਨੀਅਤ ਦੀ ਬੁਨਿਆਦੀ ਸ਼ੈ ਕੀ ਏ ਉਹਨੇ ਪੁੱਛਿਆ ਇਨਸਾਫ ਦੀ ਬੁਨਿਆਦ ਬਦਲੇ ਉਹ ਉੱਤੇ ਕਾਇਮ ਹੈ ਬਦਲਾ ਜਾਂ ਇਨਤਕਾਮ ਇਨਸਾਫ ਦੀ ਹਵੇਲੀ ਦਾ ਨਹੀਂ ਪੱਥਰ ਏ ਇਹ ਉਹ ਜਜ਼ਬਾ ਹੈ ਜਿਹੜੇ ਕਾਇਨਾਤ ਦੇ ਸਿਰਜਣਹਾਰ ਦੇ ਨੇ ਬੰਦਿਆਂ ਵਿੱਚ ਖਾਸ ਤੌਰ ਤੇ ਪੈਦਾ ਕੀਤਾ ਅੱਖ ਦੇ ਬਦਲੇ ਅੱਖ ਤੇ ਦੰਦ ਦੇ ਬਦਲੇ ਦੰਦ ਤੇ ਜਦੋਂ ਇਨਸਾਨੀ ਰਹਿ ਤਲ ਵਸੋਂ ਤਰੱਕੀ ਕਰ ਗਈ ਤਾਂ ਫੇਰ ਬਦਲੇ ਦੀ ਜ਼ਿੰਮੇਵਾਰੀ ਰਿਆਸਤ ਦੇ ਹਵਾਲੇ ਕਰ ਦਿੱਤੀ ਗਈ ਤੇ ਇੰਜ ਕਾਨੂੰਨ ਦੇ ذریعے ਬਦਲੇ ਦਾ ਮੰਦੋਬਸਤ ਕਰ ਦਿੱਤਾ ਗਿਆ ਰਿਆਸਤਾਂ ਦੀਆਂ ਆਪਣੀਆਂ ਹੱਦਾਂ ਦੇ ਅੰਦਰ ਟicker ਤੇ ਕਿਸੇ ਨਾ ਕਿਸੇ ਹੱਦ ਟicker ਠੀਕ ਸੀ ਪਰ ਜਦੋਂ ਇਹ ਰਿਆਸਤਾਂ ਇੱਕ ਦੂਜੇ ਨਾਲ ਕੋਈ ਮਾਮਲਾ ਕਰਦੀਆਂ ਨੇ ਤੇ ਆਪਣੇ ਫਾਇਦੇ ਲਈ ਡੰਡੀ ਮਾਰਨ ਤੋਂ ਬਾਜ਼ ਨਹੀਂ ਆਉਂਦੀਆਂ ਇੰਜ ਇਨਸਾਨੀ ਹਿਆਤੀ ਵਿੱਚ ਇੱਕ ਆਪਾਤਾਪੀ ਪੈ ਜਾਂਦੀ ਏ ਜਿਹਦਾ ਜਿਸ ਕਰਕੇ ਜੰਗਾਂ ਤੇ ਲੜਾਈਆਂ ਹੁੰਦੀਆਂ ਨੇ ਸਭੇ ਜੰਗਾਂ ਵੀ ਅਸਲ 'ਚ ਬਦਲੇ ਲਈ ਲੜੀਆਂ ਜਾਂਦੀਆਂ ਨੇ ਤੇ ਇਹਨਾਂ ਦਾ ਮਤਲਬ ਇਨਸਾਫ ਹਾਸਲ ਕਰਨਾ ਹੀ ਹੁੰਦਾ ਹੈ ਇਹ ਮੈਂ ਕਿਹੜੇ ਸਿਆਪੇ ਚ ਪੈ ਗਿਆ ਮਾਈਕਲ ਨੇ ਸੋਚਿਆ ਇਹ ਤੇ ਉਹੀ ਮਿਸਾਲ ਹੋ ਗਈ ਭਈ ਇਹ ਸਭ ਘੋਲ ਤੇ ਕੁਝ ਨਾ ਫੋਲ ਗੰਡੇ ਵਿੱਚੋਂ ਕੀ ਨਿਕਲਣਾ ਹੈ ਛੇਲੜ ਹੁਣ ਉਹ ਸੋਚਾਂ ਵਾਲੀ ਬਾਰੀ ਚ ਜਾ ਵੜਿਆ ਇੱਥੇ ਹਜ਼ਾਰਾਂ ਵਰਿਆਂ ਦੀਆਂ insani sochਾਂ ਆਪਣੇ ਆਪਣੇ ਸਿਰਨਾਵੇਂ ਹੇਠ ਰਿਕਾਰਡ ਹੋਈਆਂ ਪਈਆਂ ਸਨ ਦੁਨੀਆ ਚ ਜਿਹੜੇ ਵੀ ਕੰਮ ਹੁੰਦੇ ਨੇ ਉਹਨਾਂ ਦੀ ਬੁਨਿਆਦ ਸੋਚ ਹੀ ਹੁੰਦੀ ਹੈ ਪਰ ਸੋਚ ਤੋਂ ਅਮਲ ਤਿੱਕਰ ਜਾਂਦਿਆਂ ਜਾਂਦੀਆਂ ਇਹਦੀ ਸ਼ਕਲ ਵਜਾ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆ ਜਾਂਦੀਆਂ ਨੇ ਉਹਦੇ ਕੰਪਿਊਟਰ ਤੇ ਇਨਸਾਨੀ ਸੋਚਾਂ ਚੂਸਣ ਦਾ ਇੰਤਜ਼ਾਮ ਸੀ ਅਜੇ ਤਿੱਕਰ ਪੂਰੀ ਦੁਨੀਆ 'ਚ ਕਲਮ ਕਲਾ ਕੰਪਿਊਟਰ ਸੀ ਜਿਹੜਾ ਇੰਜ ਕਰ ਸਕਦਾ ਸੀ ਹੁਣ ਇਹ ਕੰਪਿਊਟਰ ਕੋਲੋਂ ਪਿਛਲੇ 100 ਸਾਲਾਂ ਦੀਆਂ ਉਹਨਾਂ ਸੋਚਾਂ ਦਾ ਰਿਕਾਰਡ ਮੰਗਿਆ ਜਿਨ੍ਹਾਂ ਦਾ تعلق ਵਾਸਤਾ ਕਿਸੇ ਨਾ ਕਿਸੇ ਪੱਖੋਂ 9 11 ਨਾਲ ਹੋ ਸਕਦਾ ਸੀ ਕੰਪਿਊਟਰ ਵੱਲੋਂ ਜਵਾਬ ਮਿਲੇ ਆ ਜਦੋਂ ਯੂਰਪ ਵਾਲਿਆਂ ਨੂੰ ਨਵਾਂ ਨਵਾਂ ਅਮਰੀਕਾ ਲੱਭਾ ਸੀ ਉਦੋਂ ਅਫਰੀਕਾ ਤੋਂ ਅਮਰੀਕਾ ਵਾਲੇ ਬੁਰਦਾ ਫਿਰੋਸ਼ੀ ਦਾ ਬੜਾ ਜ਼ੋਰ ਸੀ ਬੁਰਦਾ ਫਿਰੋਸ਼ ਅਫਰੀਕਾ ਦੇ ਦੂਰ ਦਰਾਜ ਪਿੰਡਾਂ ਨੂੰ ਘੇਰਾ ਪਾ ਕੇ ਉੱਥੋਂ ਦੇ ਵਸਨੇਕਾਂ ਨੂੰ ਘੇਰ ਕੇ ਫੜ ਲੈਂਦੇ ਫਿਰ ਇਹਨਾਂ ਚੋਂ ਜਵਾਨ ਤੇ ਤਗੜੇ ਮੁੰਡੇ ਕੁੜੀਆਂ ਚੁਣ ਕੇ ਵੱਖਰੇ ਵੱਖਰੇ ਤੇ ਸਮੁੰਦਰੀ ਜਹਾਜ਼ਾਂ 'ਚ ਲੱਦ ਕੇ ਇਹ ਮਾਲ ਅਮਰੀਕਾ ਵੱਲੇ ਟੋਰ ਦਿੱਤਾ ਜਾਂਦਾ ਮਸਾਂ ਦਸਾਂ ਵਿੱਚੋਂ 21 ਜਿਉਂਦਾ ਅਮਰੀਕਾ ਆਪੜਦਾ ਅਮਰੀਕਾ 'ਚ ਇਹਨਾਂ ਗੁਲਾਮਾਂ ਦੀ ਬੜੀ ਮੰਗ ਤੇ ਮੁੱਲ ਸੀ ਇੱਥੇ ਇਹਨਾਂ ਗੁਲਾਮਾਂ ਦਾ ਬਕਾਇਆ ਠੋਕ ਵਜਾ ਕੇ ਪਰਕ ਪਰਚੋਲ ਹੁੰਦੀ ਇਹ ਮਾਲ ਨਿਲਾਮੀ ਦੇ ਜ਼ਰੀਏ ਵੇਚਿਆ ਜਾਂਦਾ ਅਗਲੀ ਕਹਾਣੀ ਹੋਰ ਵੀ ਦਰਦਨਾਕ ਹੈ ਇਹਨਾਂ ਗੁਲਾਮਾਂ ਦੇ ਮਾਲਕ ਫੱਟੀ ਦੀ ਚਣਾਈ ਲਈ ਇਹ ਗੁਲਾਮ ਖਰੀਦੇ ਸਨ ਤੇ ਇਹਨਾਂ ਨੂੰ ਨਿਰ ਡੰਗਰ ਪਿਸ਼ੋਰੀ ਸਮਝਿਆ ਜਾਂਦਾ ਸੀ ਨਾ ਇਹਨਾਂ ਤੋਂ ਘੱਟ ਤੇ ਨਾ ਹੀ ਵੱਧ ਇਹਨਾਂ ਨੂੰ ਨਸਲ ਵਿਧਾਨ ਲਈ ਡੰਗਰਾਂ ਵਾਂਗਰੀ ਜ਼ਬਤੀ ਕਰਾਇਆ ਜਾਂਦਾ ਇਹਨਾਂ ਦੇ ਨਿੱਕੇ-ਨਿੱਕੇ ਿਆਣੇ ਵੀ ਨਵੇਂ-ਨਵੇਂ ਮਾਲਕਾਂ ਕੋਲ ਵਿਕਦੇ ਰਹਿੰਦੇ। ਫਿਰ ਇੱਕ ਵੇਲਾ ਆਇਆ ਜਦੋਂ ਇਹ ਸਾਰੇ ਗੁਲਾਮ ਆਜ਼ਾਦ ਹੋ ਗਏ। ਇੱਕ ਸਦੀ ਤੋਂ ਵੱਧ ਜ਼ਬਰ, ਸਬਰ ਤੇ ਜਿਸਮਾਨੀ ਮੁਸ਼ਕਿਲਾਂ ਨੇ ਇਹਨਾਂ ਨੂੰ ਫੁਲਾਦ ਬਣਾ ਦਿੱਤਾ ਸੀ। ਜਿਦੇ ਕਰਕੇ ਕਾਲੇ ਅਫਰੀਕਨ ਗੁਲਾਮ ਪੂਰੀ ਦੁਨੀਆ ਦੀਆਂ ਖੇਡਾਂ ਉੱਤੇ ਛਾ ਗਏ। ਪਰ ਜਿਉਂ-ਜਿਉਂ ਇਹਨਾਂ ਦੇ ਇਲਮ 'ਚ ਵਾਧਾ ਹੁੰਦਾ ਗਿਆ, ਤਿਉਂ ਤੇ ਇਹਨਾਂ ਦਾ ਦੁੱਖ ਵੀ ਵਧਦਾ ਗਿਆ। ਜਾਣਨ ਦਾ ਦੁੱਖ ਇਹਨਾਂ ਦੇ ਵੱਡਿਆਂ ਉੱਤੇ ਬੀਤੀ ਹੋਈਆਂ ਅੰਤਾਂ ਦੇ ਜ਼ੁਲਮ ਦਾ ਦੁੱਖ ਤਾਂ ਫਿਰ ਉਹਨਾਂ ਨੇ ਅਮਰੀਕਾ ਦੇ ਗੋਰਿਆਂ ਨੂੰ ਆਖਿਆ ਕਿ ਉਹ ਆਪਣੇ ਉਹਨਾਂ ਜ਼ੁਲਮਾਂ ਤੇ ਜ਼ਿਆਤੀਆਂ ਦੀ ਮਾਫੀ ਮੰਗਣ ਜਿਹੜੇ ਇਹਨਾਂ ਗੋਰਿਆਂ ਦੇ ਵਡੇਰਿਆਂ ਨੇ ਕਾਲਿਆਂ ਦੇ ਪੁਰਖਾਂ ਉੱਤੇ ਕੀਤੇ ਸਨ ਗੱਲ ਕੋਈ ਇੰਨੀ ਵੱਡੀ ਨਹੀਂ ਸੀ ਪਰ ਅਮਰੀਕਾ ਤੇ ਅਫਰੀਕਾ ਤੇ ਕਾਲਿਆਂ ਦੀ ਇਹ ਮੰਗ ਪੂਰੀ ਨਾ ਹੋ ਸਕੇ ਜਿਹਦੇ ਕਰਕੇ ਲੱਖਾਂ ਕਾਲਿਆਂ ਦੇ ਦਿਲਾਂ 'ਚ ਬਦਲੇ ਦਾ ਖਿਆਲ ਪੈਦਾ ਹੋਇਆ ਉਹਨਾਂ ਬਦਲਾ ਲੈਣ ਲਈ ਵਾਂਸ ਉਹਨੇ ਤਰੀਕੇ ਸੋਚੇ ਤੇ 911 ਦੇ ਮਗਰੋਂ ਉਹ ਲੋਕ ਜਿਹੜੇ ਬਦਲੇ ਲੈਣ ਦੀਆਂ ਸੋਚਾਂ ਤੇ ਤਰੀਕੇ ਲੱਭਣ ਚ ਰੁੱਝੇ ਸਨ ਉਹਨਾਂ ਦੀ ਕਾਫੀ ਹੱਦ ਤੀਕਰ ਤਸੱਲੀ ਹੋ ਗਈ। ਇਹਦਾ ਮਤਲਬ ਇਹ ਹੈ ਕਿ 911 ਦੇ ਜ਼ਿੰਮੇਵਾਰ ਅਮਰੀਕਾ ਦੇ ਕਾਲੇ ਸਨ ਮਾਈਕਲ ਨੇ ਪੁੱਛਿਆ। ਇਲਮੋ ਬੱਸ ਕਰੀ ਓਏ ਯਾਰ। ਕੰਪਿਊਟਰ ਨੇ ਗਰਦਨ ਗਰਦਾਨ ਸ਼ੁਰੂ ਕਰ ਦਿੱਤੀ। ਮਾਈਕਲ ਨੇ ਕੰਪਿਊਟਰ ਬੰਦ ਕਰਕੇ ਘੜੇ ਇੱਕ ਪਿੱਛੋਂ ਦੁਬਾਰਾ ਚਾਲੂ ਕਰਕੇ ਫਿਰ ਸੋਚਾਂ ਵਾਲੀ ਬਾਰੀ ਖੋਲੀ। ਨੌਂ 11 ਬਾਰੇ ਹੋਰ ਸੋਚਾਂ ਦੀ ਮੰਗ ਕੀਤੀ ਦੂਜੀ ਵੱਡੀ ਜੰਗ 'ਚ ਅਮਰੀਕਾ ਨੇ ਜਾਪਾਨ ਉੱਤੇ ਦੋ ਐਟਮ ਬੰਬ ਮਾਰੇ ਤੇ ਲੱਖਾਂ ਦੀ ਗਿਣਤੀ 'ਚ ਲੋਕੀ ਸੜ ਬਲ ਕੇ ਸੁਆਹ ਗਏ ਉਦੋਂ ਜਾਪਾਨ ਦੀ ਜੰਗੀ ਤਾਕਤ ਮੁੱਕ ਮੁਕਾ ਗਈ ਸੀ ਤੇ ਐਟਮ ਬੰਬ ਮਾਰਨ ਦੀ ਇੰਨੀ ਕੋਈ ਲੋੜ ਨਹੀਂ ਸੀ ਬਸ ਅਮਰੀਕਾ ਨੇ ਆਪਣੇ ਨਵੇਂ ਹਥਿਆਰਾਂ ਦੀ ਅਜਮਾਇਸ਼ ਕਰਨੀ ਸੀ ਤੇ ਕਰ ਲਈ ਇਹਨਾਂ ਬੰਬਾਂ ਨੇ ਜਿਹੜੀ ਭਿਆਨਕ ਤਬਾਹੀ ਖਿਲਾਰੀ ਉਹਦੀ ਉਮੀਦ ਅਮਰੀਕਾ ਨੂੰ ਆਪ ਵੀ ਨਹੀਂ ਸੀ ਇਸ ਤਬahi ਕਰਕੇ ਸਾਰੀ ਦੁਨੀਆ ਚ ਦਰਸਤ ਸੋਚ ਵਾਲੇ ਜ਼ਮੀਰਾਂ ਨੂੰ ਬੜੀ ਤਕਲੀਫ ਤੇ ਦੁੱਖ ਪਹੁੰਚਿਆ ਉਹ ਆਪਣੀਆਂ ਸੋਚਾਂ ਤੇ ਖਿਆਲਾਂ ਤੇ ਖਿਆਲਾਂ ਚ ਅਮਰੀਕਾ ਨੂੰ ਗੁਨਾਹਗਰ ਸਮਝਦੇ ਸਨ ਤੇ ਉਮੀਦ ਕਰਦੇ ਸਨ ਕਿ ਕਦੀ ਨਾ ਕਦੀ ਅਮਰੀਕਾ ਨੂੰ ਇਹਦਾ ਬਦਲਾ ਦੇਣਾ ਪਏਗਾ ਇੰਜ ਸੋਚਣ ਵਾਲਿਆਂ ਚ ਜਾਪਾਨ ਦੇ ਕਰੋੜਾਂ ਵਾਸੀ ਵੀ ਸ਼ਾਮਲ ਸਨ ਤੇ 9 11 ਨਾਲ ਇੰਜ ਸੋਚਣ ਵਾਲੇ ਬੇਸ਼ਮਾਰ ਲੋਕਾਂ ਨੂੰ ਵੀ ਤਸੱਲੀ ਮਿਲੀ ਤਸੱਲੀ ਮਿਲੀ ਤਸੱਲੀ ਮਿਲੀ ਪਰ ਇਹਨਾਂ ਤਸੱਲੀਆਂ ਦਾ ਠੇਕੇਦਾਰ ਕੌਣ ਸੀ ਮਾਈਕਲ ਨੇ ਆਪਣੇ ਆਪ ਨੂੰ ਆਖਿਆ ਫਿਰ ਉਹਨੇ ਕੰਪਿਊਟਰ ਕੋਲ ਪੁੱਛਿਆ ਇਹਦਾ ਮਤਲਬ ਹੈ 911 ਦਾ ਕਾਰਨ ਅਮਰੀਕਨ ਐਟਮ ਬੰਬਾਂ ਦੀ ਤਬਾਹੀ ਦਾ ਕਰਕੇ ਸੀ ਇਲਮੋ ਬਸ ਕਰੀ ਹੋਏ ਯਾਰ ਇਲਮੋ ਬਸ ਕਰੀ ਹੋਏ ਯਾਰ ਕੰਪਿਊਟਰ ਨੇ ਫਿਰ ਉਹੀ ਗਰਦਾਨ ਛੋਹ ਦਿੱਤੀ ਤੇ ਹੁਣ ਮਾਈਕਲ ਥੱਕ ਗਿਆ ਤੇ ਨਾ ਉਮੀਦ ਜਿਆ ਵੀ ਹੋ ਗਿਆ ਸੀ ਪਰ ਉਹਨੇ ਸੋਚਿਆ ਇੱਕ ਵਾਰੀ ਫੇਰ ਬਸ ਇੱਕ ਵਾਰੀ ਹੋਰ ਕੋਸ਼ਿਸ਼ ਕਰ ਵੇਖਣੀ ਚਾਹੀਦੀ ਉਹਨੇ ਥੋੜਾ ਚਿਰ ਅੱਖਾਂ ਬੰਦ ਕਰਕੇ ਆਪਣੇ ਥੱਕੇ ਹੋਏ ਜ਼ਿਹਨ ਨੂੰ ਆਰਾਮ ਦਿੱਤਾ ਫਿਰ 9 11 ਬਾਰੇ ਸੋਚਾਂ ਦੀ ਬਾਰੀ 'ਚ ਜਾਵੜਿਆ ਦੁਨੀਆ ਦੀ ਸਭ ਤੋਂ ਵੱਡੀ ਤੇ ਖਤਰਨਾਕ ਤਾਕਤ ਇਲਮ ਹੈ ਜੇ ਅਸਲੀ ਇਲਮ ਕਿਸੇ ਨੂੰ ਹਾਸਲ ਹੋ ਜਾਏ ਤੇ ਇਲਮ ਦਾ ਮਤਲਬ ਹੈ ਦਰਸਤ ਤੇ ਅਸਲੀ ਨੁਕਤੇ ਤਿੱਕਰ ਅੱਪੜ ਜਾਣਾ ਤੇ ਫਿਰ ਨਿਰਪੱਖ ਹੋ ਕੇ ਉਹਦੀ ਹਿਮਾਇਤ ਕਰਨਾ ਜਿਵੇਂ ਬੰਦੇ ਦੇ ਅੰਦਰ ਪੁਣ ਛਾਣ ਰੋਕ ਟੋਕ ਤੇ ਨਿੰਦਣ ਵਾਲੀ ਤਾਕਤ ਮੌਜੂਦ ਹੁੰਦੀ ਹੈ ਇੰਜ ਹੀ ਕਿਸੇ ਰਿਆਸਤ ਵਿੱਚ ਵੀ ਹਜ਼ਾਰਾਂ ਜਿਹੇ ਲੋਕ ਹੁੰਦੇ ਨੇ ਜਿਹੜੇ ਨਿਰਪੱਖ ਹੋ ਕੇ ਆਪਣੀ ਰਿਆਸਤ ਦੇ ਮਾੜਿਆਂ ਕੰਮਾਂ ਨੂੰ ਰੋਕਣ ਲਈ ਕਿਸੇ ਵੀ ਹੱਦ ਤੀਕਰ ਜਾ ਸਕਦੇ ਨੇ ਇਲਮ ਦੀਆਂ ਦੋ ਅਖੀਰਾਂ ਨੇ ਇੱਕ ਸਬਨਾ ਤੋਂ ਨੀਵੀਂ ਜਿਹੜੀ ਢਿੱਡ ਨਾਲ ਜੁੜੀ ਹੁੰਦੀ ਹੈ ਤੇ ਕੁਝ ਲੋਕਾਂ ਲਈ ਮਜ਼ਦੂਰੀ ਦੇ ਹਥਿਆਰ ਦਾ ਕੰਮ ਦਿੰਦੀ ਇੰਜ ਤੇ ਆਲਮ ਰੋਜ਼ ਖੂਪਟਦੇ ਤੇ ਪਾਣੀ ਪੀਂਦੇ ਨੇ ਇਹ ਕੁਦਰਤ ਵੱਲੋਂ ਉਹਨਾਂ ਲੋਕਾਂ ਨੂੰ ਇਲਮ ਦੀ ਨਾਕਦਰੀ ਦੀ ਸਜ਼ਾ ਮਿਲੀ ਹੁੰਦੀ ਹੈ ਇਲਮ ਦੀ ਦੂਜੀ ਅਖੀਰ ਉੱਚੀ ਉੱਚੀ ਚੜਦੇ ਅਸਮਾਨਾਂ ਦੀ ਹੱਦਾਂ ਤੋਂ ਪਰੇ ਜਾ ਕੇ ਨਜ਼ਰਾਂ ਤੋਂ ਓਲੇ ਹੋ ਜਾਂਦੀ ਹੈ ਇਲਮ ਦਾ ਹੀ ਵੱਡਾ ਮਰਤਬਾ ਤੇ ਬੁਲੰਦੀ ਬੜੇ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ। ਇੱਕ ਇਲਮ ذاتی ਹੁੰਦਾ ਹੈ ਦੂਜਾ ਇੱਜ਼ਤਮਈ। ਦੁਨੀਆਂ 'ਚ ਕੋਈ ਵੀ ਬੰਦਾ ਜਾਂ ਲਾਇਬ੍ਰੇਰੀ ਇੱਜ਼ਤਮਈ ਇਲਮ ਜਾਂ ਇਲਮ-ਏ-ਕੁਲ ਤੇ ਹਾਸਲ ਨਹੀਂ ਹੋ ਸਕਦੀ। ਪਰ ਹਜ਼ਾਰਾਂ ਸਾਲਾਂ 'ਚ ਬੰਦਿਆਂ ਨੇ ਜਿਹੜੇ ਅਲੂਮ ਹਾਸਲ ਕੀਤੇ ਨੇ ਜਾਂ ਜਿਹੜੇ ਇਲਮਾਂ ਤੇ ਕਰ ਇਹਨਾਂ ਦੀ ਪਹੁੰਚ ਹੋ ਚੁੱਕੀ ਇਹ ਸਭ ਕਾਇਨਾਤ ਵਿੱਚ ਇੱਕ ਬੜੇ ਵੱਡੇ ਸੋਨੇ ਦੇ ਬੱਦਲ ਵਾਂਗੂ ਮੌਜੂਦ ਨੇ। ਅਸੀਂ ਇਹਨੂੰ ਇਲਮੀ ਕੁੱਲ ਦਾ ਜ਼ਖੀਰਾ ਆਖ ਸਕਦੇ ਹਾਂ ਇਹਦੇ ਚ ਦਿਨੋਂ ਦਿਨ ਵਾਧਾ ਹੁੰਦਾ ਰਹਿੰਦਾ ਹੈ ਨਿਰਪੱਖ ਤੇ ਉੱਚੇ ਆਲਮ ਦੀ ਰੂਹ ਉੱਤੇ ਵੀ ਇੱਕ ਛੋਟਾ ਜਿਹਾ ਨੇਰੀ ਬੱਦਲ ਛਾ ਜਾਂਦਾ ਹੈ ਜਿਹਦਾ ਕਰਕੇ ਇੰਜ ਤੇ ਬੰਦੇ ਦਾ ਇਲਮੀ ਤਾਲੁਕ ਵਾਸਤਾ ਇਲਮੀ ਰੂਲ ਕੁੱਲ ਨਾਲ ਹੋ ਜਾਂਦਾ ਹੈ ਜਿੱਥੇ ਨੂੰ ਵੇਲੇ ਵੇਲੇ ਇਨਸਪਾਇਰੇਸ਼ਨ ਤੇ ਹਿਦਾਇਤਾਂ ਮਿਲਦੀਆਂ ਰਹਿੰਦੀਆਂ ਨੇ ਜੀਨੂੰ ਇਹ ਮਰਤਬਾ ਮਿਲ ਜਾਏ ਉਹ ਤਰ ਜਾਂਦਾ ਹੈ ਨਾਲੇ ਦੁਨੀਆ ਦੀ ਹਰ ਸ਼ੈ ਦੀ ਆਰ ਪਾਰ ਵੇਖ ਕੇ ਚੰਗੇ ਮੰਦੇ ਦੀ ਪਰ ਕਰ ਸਕਦਾ ਉਹ ਚੰਗੇ ਲਈ ਕਿਸੇ ਵੀ ਹੱਦ ਨੂੰ ਪਾਰ ਕਰ ਸਕਦਾ ਹੈ ਤੇ ਮੰਦੇ ਨਾਲ ਉਹਦਾ ਕੋਈ ਤਾਲੁਕ ਵਾਸਤਾ ਨਹੀਂ ਹੁੰਦਾ ਤੇ ਇਲਮੇ ਕੁੱਲ ਦੇ ਸੋਨੇ ਰੰਗੇ ਬੱਦਲ 'ਚ ਕਦੀ ਕਦੀ ਬڑے ਵੱਡੇ ਤੂਫਾਨ ਤੇ ਬਰੋਲੇ ਆਉਂਦੇ ਰਹਿੰਦੇ ਨੇ ਤੇ ਇਹਨਾਂ ਤੂਫਾਨਾਂ ਕਰਕੇ ਉਹਨਾਂ ਨਿਰਪੱਖ ਆਲਮਾ ਨੂੰ ਜਿਨ੍ਹਾਂ ਦੀ ਰੂਹ ਤੇ ਹਰ ਵੇਲੇ ਇੱਕ ਨਿੱਕਾ ਜਿਹਾ ਸੁਨਹਿਰੀ ਬੱਦਲ ਛਾਇਆ ਰਹਿੰਦਾ ਬੜੀ ਰੂਹਾਨੀ ਤਕਲੀਫ ਕਰਬ ਤੇ ਵਿੱਚ ਐਨੀ ਦੀ ਬਰਦਾਸ਼ਤ ਕਰਨੀ ਪੈਂਦੀ ਹੈ ਇਸ ਹਾਲਤ ਵਿੱਚ ਉਹਨਾਂ ਦੀਆਂ ਕਲਮਾਂ ਵਿੱਚੋਂ ਉੱਚੀਆਂ ਤੇ ਸੋਚੀਆਂ ਲਿਖਤਾਂ ਜ਼ਾਹਰ ਹੁੰਦੀਆਂ ਨੇ ਕਦੇ ਸ਼ਾਇਰੀ ਵਿੱਚ ਤੇ ਕਦੇ ਨਸਰ ਵਿੱਚ ਇੰਜ ਦੀ ਹਾਲਤ ਹੇਠ ਕੁਝ ਨਿਰਪੱਖ ਹਾਲ ਮਜੇ ਵੀ ਕੰਮ ਕਰ ਜਾਂਦੇ ਨੇ ਜਿਨ੍ਹਾਂ ਬਾਰੇ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਕਿਉਂ ਜੇ ਉਸ ਵੇਲੇ ਉਹ ਆਪਣੀ ਵੱਸੋਂ ਬਾਹਰ ਹੁੰਦੇ ਨੇ ਮਾਈਕਲ ਨੂੰ ਇਲਮ ਦੀ ਗਰਦਾਨ ਤੇ ਮਲਫੂਜ਼ਾਤ ਜ਼ਰਾ ਵੀ ਚੰਗੇ ਨਾ ਲੱਗੇ ਹੁਣ ਇਲਮੋਂ ਬਸ ਕਰੀਓ ਯਾਰ ਆਖਣ ਦੀ ਉਹਦੀ ਵਾਰੀ ਸੀ ਤੇ ਉਹਨੇ ਇਹ ਕਹਿੰਦਿਆਂ ਇੱਕ ਵਾਰੀ ਫੇਰ ਕੰਪਿਊਟਰ ਬੰਦ ਕਰ ਦਿੱਤਾ ਰੇਣਾ ਗੱਲਾਂ ਨੇ ਇੱਕ ਵਾਰੀ ਜਿਵੇਂ ਉਹਦੇ ਡੈਡ ਦੀ ਪੂਰੀ ਮੂਰਤ ਉਹਦੇ ਸਾਹਮਣੇ ਭੇਜ ਦਿੱਤੀ। ਹੁਣ ਮਾਈਕਲ ਨੇ ਚੰਗੀ ਤਰ੍ਹਾਂ ਸੋਚ ਸਮਝ ਕੇ ਫੇਰ ਕੰਪਿਊਟਰ ਖੋਲ੍ਹਿਆ। ਉਹਦੇ ਕੋਲੋਂ ਕਟੋ-ਕਟ ਲਫ਼ਜ਼ਾਂ ਦੇ 9-11 ਦਾ ਕਾਰਨ ਪੁੱਛਿਆ। ਕੰਪਿਊਟਰ ਵੱਲੋਂ ਜਵਾਬ ਆਇਆ, ਇਲਮ, 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 ਇਲਮ। ਮਾਈਕਲ ਨੇ ਬੜਾ ਲੰਮਾ ਹੌਕਾ ਭਰਿਆ। ਗੱਲ ਜੇ ਤੀਕਰ ਕਿਸੇ ਸਿਰੇ ਤੇ ਨਹੀਂ ਸੀ ਆਪਣੀ ਪਰ ਮਾਈਕਲ ਕੋਲ ਅਜੇ ਇੱਕ ਹੋਰ ਚਾਂਸ ਹੈ ਅਸੀ। ਉਹ ਕੰਪਿਊਟਰ ਦੀ ਰਿਵਰਸ ਸਪੀਡ ਰੋਸ਼ਨੀ ਦੀ ਸਪੀਡ ਜਿੰਨੀ ਕਰਕੇ ਜੇ ਕੋਸ਼ਿਸ਼ ਕਰੇ ਤਾਂ ਫਿਰ ਨੋਹ 11 ਵਾਲੇ ਜਹਾਜ਼ਾਂ ਦਾ ਮੌਕਾ ਮੁਲਾਇਜ਼ਾ ਕਰ ਸਕਦਾ ਸੀ ਪਰ ਉਹਦੇ ਵਿੱਚ ਇੱਕ ਬੜਾ ਵੱਡਾ ਰਿਸਕ ਸੀ 1,86,000 ਮੀਲ فی ਸੈਕਿੰਡ ਦੀ ਰਿਵਰਸ ਸਪੀਡ ਨਾਲ ਕੰਪਿਊਟਰ ਬਹੁਤਾ ਚਿਰ ਕੰਮ ਨਹੀਂ ਸੀ ਕਰ ਸਕਦਾ ਖਤਰਾ ਸੀ ਕਿਦਰੇ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਕਾਰਾਮਦ ਸਾਇੰਸੀ ਮੌਜੂਦਾ ਤਬਾਹੀ ਨਾ ਹੋ ਜਾਏ ਪਰ ਅੱਜ ਮਾਈਕਲ ਵੀ جنੂਨ ਦੀ ਹਾਲਤ ਵਿੱਚ ਸੀ ਯਾ ਅੱਜ ਤੇ ਜਾਂ ਫਿਰ ਕਦੀ ਵੀ ਨਹੀਂ ਕਿ ਆਕਿਓ ਨੇ ਕੰਪਿਊਟਰ ਦੀ ਰਿਵਰਸ ਸਪੀਡ ਆਖਰੀ ਹੱਥੀ ਕਰਵਾ ਦਿੱਤੀ। ਕੰਪਿਊਟਰ ਦੀ ਸਕਰੀਨ ਉੱਤੇ ਦੁਨੀਆ ਦਾ ਨਕਸ਼ਾ ਆਇਆ। ਫਿਰ ਮਨਾਰਾਂ ਦਾ ਜੋੜਾ ਜਿਹੜਾ ਅਜੇ ਸਾਬਤ ਖਲੋਤਾ ਸੀ। ਵੇਲੇ ਦੀ ਰੀਲ ਬੜੀ ਤੇਜ਼ੀ ਨਾਲ ਪੁੱਠੀ ਚੱਲਦੀ ਪਈ ਸੀ। ਫਿਰ 9-11 ਦਾ ਦਿਨ ਉਹ ਵੇਲਾ ਆ ਗਿਆ ਜਦੋਂ ਇਹ ਮਨਾਰੇ ਤਬਾਹ ਹੋਏ ਸਨ। ਹੁਣ ਮਾਈਕਲ ਦਾ ਪੂਰਾ ਜੋਸ਼ਾ ਅੱਖ ਬਣਿਆ ਹੋਇਆ ਸੀ ਤੇ ਪੂਰੀ ਤਰ੍ਹਾਂ ਜਾਗਦਾ ਪਿਆ ਸੀ। ਫਿਰ ਸਕਰੀਨ ਉੱਤੇ ਜੁੜਵਾ ਮਿਨਾਰਿਆਂ ਵੱਲ ਉੱਡਦਾ ਜਾਂਦਾ ਪਹਿਲਾ ਜਹਾਜ਼ ਦਿਸਿਆ ਮਾਈਕਲ ਨੇ ਬੜੀ ਤੇਜ਼ੀ ਨਾਲ ਜਹਾਜ਼ ਦੇ ਅੰਦਰ ਦਾ ਸੀਨ ਸਕਰੀਨ ਉੱਤੇ ਹਾਸਲ ਕੀਤਾ ਫਿਰ ਜਹਾਜ਼ ਦੇ ਮਿਨਾਰੇ ਨਾਲ ਵੱਜਣ ਤੋਂ ਈਵੇਂ ਜ਼ਰਾ ਕੁ ਪਹਿਲਾਂ ਉਹ ਕਾਕ ਪਿੱਟ ਦੇ ਅੰਦਰ ਦਾ ਸੀਨ ਸਕਰੀਨ ਉੱਤੇ ਲਿਆ ਇੱਥੇ ਪਤਾ ਨਹੀਂ ਉਹਨੂੰ ਕੀ ਦੱਸਿਆ ਇੱਕਦਮ ਉਹਦੀਆਂ ਅੱਖਾਂ ਪਾਟਣ ਵਾਲੀਆਂ ਹੋ ਗਈਆਂ ਉਹਦੇ ਮੂੰਹ ਵਿੱਚ ਨੋ ਦਾ ਲਫ਼ਜ਼ ਇੱਕ ਬੜੀ ਲੰਮੀ ਚੀਕ ਬਣ ਕੇ ਨਿਕਲਿਆ ਤੇ ਬੜੀ ਲੰਮੀ ਚੀਕ ਉਦੋਂ ਹੀ ਮੁੱਕੀ ਜਦੋਂ ਮਾਈਕਲ ਦੀ ਜਾਨ ਨਿਕਲ ਗਈ ਤੁਹਾਨੂੰ